ਵਹੀ ਗੁਰਜੀਕਾ ਕਾਲ ਸਾਹ ਵਹੀ ਗੁਰਜੀਕੀ ਫਤੇ ਪੰਜਾਬੀ ਰੀਡਰ 4A 2020 ਐਡੀਸ਼ਨ ਲੈਸਨ 16 ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਦੇ ਪਾਠ ਵਿੱਚ ਅਸੀਂ ਚਿਹਰੇ ਦੇ ਅੰਗਾਂ ਦੇ ਨਾਂ ਸਿੱਖਾਂਗੇ ਚਿਹਰਾ ਹੁੰਦਾ ਤੁਹਾਡਾ ਮੂੰਹ ਅਸੀਂ ਪੰਜਾਬੀ ਵਿੱਚ ਇਹਨੂੰ ਸਾਰੇ ਨੂੰ ਵੀ ਮੂੰਹ ਕਹਿ ਦਿੰਨਿਆ ਇਹਨੂੰ ਵੀ ਮੂੰਹ ਕਹਿ ਦਿੰਨਿਆ ਤੇ ਇਹਨੂੰ ਅਸੀਂ ਚਿਹਰਾ ਵੀ ਕਹਿੰਦੇ ਹਾਂ ਠੀਕ ਹੈ ਸੋ ਅਸੀਂ ਅੱਜ ਦੇ ਪਾਠ ਵਿੱਚ ਇਹਨੂੰ ਚਿਹਰਾ ਕਹਾਵਾਂਗੇ ਠੀਕ ਹੈ ਤੇ ਇੱਕ ਗੱਲ ਤੁਹਾਨੂੰ ਮੈਂ ਸਿਖਾਵਾਂ ਗ੍ਰਾਮਰ ਵਾਲੀ ਹਾ ਹਾ ਦੋ ਆਵਾਜ਼ਾਂ ਕਰਦਾ ਹੈ ਜਿਵੇਂ ਹੱਥ ਵਿੱਚ ਅਸੀਂ ਹਾਹੇ ਦੀ ਆਵਾਜ਼ ਸੁਣਦੇ ਹਾਂ ਹੱਥ ਹੱਥ ਰਾਈਟ ਪਰ ਬਾ ਸ਼ਬਦ ਅਸੀਂ ਬਾਹਂ ਕਹਿੰਦੇ ਹਾਂ ਜਿਵੇਂ ਬਾਹਂ ਨਹੀਂ ਕਹਿੰਦੇ ਪਰ ਬਾਹਂ ਆ ਰਾਈਟ ਮੂੰਹ ਸ਼ਬਦ ਨੂੰ ਮੂੰਹ ਮੂੰਹ ਨਹੀਂ ਕਹਿੰਦੇ ਬਾਹਂ ਨਹੀਂ ਕਹਿੰਦੇ ਮੂੰਹ ਨਹੀਂ ਕਹਿੰਦੇ ਰਾਈਟ ਤੇ ਕੋਣੀ ਨੂੰ ਅਸੀਂ ਕੂਹਣੀ ਕੱਟ ਕਹਿੰਦੇ ਆ ਕੂਣੀ ਕਹਿੰਦੇ ਆ ਤਾਂ ਇਹਦੇ ਚ ਅਸੀਂ ਹਾਹ ਦੀ ਆਵਾਜ਼ ਕੱਟ ਸੁਣਦੇ ਆ ਠੀਕ ਹੈ ਸੋ ਜਦੋਂ ਮੈਂ ਕਹਿੰਨੀ ਆ ਮੂੰਹ ਖੋਲੋ ਤਾਂ ਅਸੀਂ ਕਾਂਗੇ ਮੂੰਹ ਬਟ ਲਿਖਾਂਗੇ ਹਾ ਹਾ ਪਰ ਬੋਲਾਂਗੇ ਨਹੀਂ ਹਾ ਠੀਕ ਹੈ ਸੋ ਦੈਟਸ ਦ ਟ੍ਰੀਕੀ ਹਾ ਹਾ ਵਾਸ ਤੁਹਾਨੂੰ ਚਿਹਰੇ ਜਾਂ ਮੂੰਹ ਦੇ ਅੰਗਾਂ ਦੇ ਨਾਮ ਪਤਾ ਹਨ ਇਹ ਨਾਮ ਪੜਨੇ ਸਿੱਖੋ ਠੀਕ ਹੈ ਚਿਹਰਾ ਮੂੰਹ ਇਟ ਕੈਨ ੀਨ ਫੇਸ ਬਟ ਮੂੰਹ ਆਲਸੋ ਮੀਨਸ ਮਾਉਥ Matha, forehead, parvate eyebrows, muskrunde, smile, todhi no is not part of the body, but um, is something we do with the body part. Todhi chin, mu, mouth, sungde, smell, palka, eyelids, taun, ya Now some people say ton, some people say gardan, um, both are correct words, neck. Gal, cheek, galla, cheeks, hasde, laugh now? One thing you know already is bull, right? Bull, um, make sure you learn that word also. Okay, so here are the names of the parts now, Judah, Dadi, Mucha. These are three parts, not everybody has, most of the girls don't have them, right? But they are body parts, external body parts. So let's go ahead and learn them Judah, sir. ਮੁੱਛਾ ਦਾੜੀ ਮੱਥਾ ਥਿਸ ਇਜ਼ ਮੱਥਾ ਪਰਵਟਾ ਸਾਡੇ ਦੋ ਪਰਵਟੇ ਨੇ ਅੱਖ ਦੋ ਅੱਖਾਂ ਕੰਨ ਦੋ ਕੰਨ ਨੱਕ ਦੋ ਯੂ ਵਾਟ ਇਜ਼ ਥਿਸ ਕਾਲਡ ਦਾ ਨਾਸਟਰਲਸ ਨਾਸਾਂ ਪੰਜਾਬੀ ਵਿੱਚ ਨਾਸਾਂ ਕਹਿੰਦੇ ਹਨ ਬੁੱਲ ਇਹ ਵਾਲੇ ਬੁੱਲ ਲਿਪਸ ਤੇ ਮੂੰਹ ਜਦੋਂ ਅਸੀਂ ਬੁੱਲਾਂ ਨੂੰ ਅਪਾਰਟ ਕਰਦੇ ਹਾਂ ਖੋਲਦੇ ਹਾਂ ਤਾਂ ਵਿੱਚ ਉਹ ਜਿਹੜਾ that hole is called is the mouth ਠੀਕ ਹੈ ਇੰਗਲਿਸ਼ ਵਿੱਚ ਫੇਸ ਅਤੇ ਮਾਉਥ ਦੋ ਵੱਖਰੇ ਸ਼ਬਦ ਹੁੰਦੇ ਹਨ ਪਰ ਪੰਜਾਬੀ ਵਿੱਚ ਅਸੀਂ ਦੋਹਾਂ ਨੂੰ ਮੂੰਹ ਕਹਿ ਸਕਦੇ ਹਾਂ ਜਿਵੇਂ ਮੂੰਹ ਬੰਦ ਕਰਕੇ ਖਾ ਜਾਂ ਮੂੰਹ ਤੋਕੇ ਆ ਸੋ ਅਲ ਟੈਲ ਯੂ ਲਿਟਲ ਸਟੋਰੀ ਵੈਨ ਵੀ ਵਰ ਯੰਗਰ ਮੇਰਾ ਬੇਟਾ ਸੀਗਾ ਤੇ ਉਹਦੇ ਮੂੰਹ ਗੰਦਾ ਸੀ ਉਹਦਾ ਚਿਹਰਾ ਗੰਦਾ ਸੀ ਤੇ ਮੇਰੇ ਹਸਬੰਦ ਨੇ ਕਿਹਾ ਜਾਮੂ ਤੋਂ ਕਿਹਾ ਤੇ ਹੀ ਵੈਂਟ ਟੂ ਬਾਥਰੂਮ ਐਂਡ ਹੀ ਜਸਟ ਕਲੀਨਡ ਹਿਸ ਲਿਪਸ just lips and he came his mouth his face was still dirty mere husband ne kya ke tin mein kaise muh to kiya he said i washed my mouth you told me to wash my mouth right so yeah so mouth can be confusing for sometimes it can means moo mouth or it can mean face sade muh de both hisse han muh utte mattha hunda hai matthe de utte do parvatte hunde han parvattyan de hetha akhaan hundiyan han ਅੱਖਾਂ ਦੇ ਵਿਚਕਾਰ ਨੱਕ ਹੁੰਦਾ ਹੈ ਨੱਕ ਦੇ ਦੋਵੇਂ ਪਾਸੇ ਗੱਲਾਂ ਹੁੰਦੀਆਂ ਹਨ ਦਿਸ ਇਸ ਆਰ ਗੱਲਾਂ ਚੀਕਸ ਆਈ ਥਿੰਕ ਆਈ ਡਿਡਨਟ ਰਾਈਟ them ਬਟ ਦੇ ਆਰ देयर ਮੂੰਹ ਦੇ ਸੱਜੇ ਅਤੇ ਖੱਬੇ ਪਾਸੇ ਕੰਨ ਹੁੰਦੇ ਹਨ ਸੋ ਸੱਜਾ ਪਾਸਾ ਖੱਬਾ ਪਾਸਾ ਕੰਨ ਹੁੰਦੇ ਹਨ ਮੂੰਹ ਦੇ ਸਭ ਤੋਂ ਹੇਠਾਂ ਠੋਡੀ ਹੁੰਦੀ ਹੈ ਦਿਸ ਇਸ ਯੂਰ ਚਿਨ ਠੋਡੀ ਠੋਡੀ ਦੇ ਉੱਤੇ ਦਾੜੀ ਹੁੰਦੀ ਹੈ ਮੂੰਹ ਗਰਦਨ ਨਾਲ ਜੁੜਿਆ ਹੁੰਦਾ ਹੈ ਸੋ ਦਿਸ ਮੂੰਹ ਇਸ ਕਨੈਕਟਡ ਟੂ ਦਾ ਬਾਡੀ ਥਰੂ neck ਸਿੱਖ ਮੁੰਡੇ ਆਦਮੀ ਕਈ ਕੁੜੀਆਂ ਅਤੇ ਔਰਤਾਂ ਸਿਰ ਉੱਤੇ ਵਾਲਾਂ ਦਾ ਜੂੜਾ ਬਣਾਉਂਦੇ ਹਨ ਕਈ ਕੁੜੀਆਂ ਗੁੱਤ ਕਰਦੀਆਂ ਜਾਂ ਪਿੱਛੇ ਜੂੜਾ ਕਰਦੀਆਂ ਕਈ ਉੱਪਰ ਕਰਦੀਆਂ ਆਦਮੀਆਂ ਦੇ ਮੂੰਹ ਉੱਤੇ ਦਾੜੀ ਅਤੇ ਮੁੱਛਾਂ ਹੁੰਦੀਆਂ ਹਨ ਅੱਖਾਂ ਸਾਡੇ ਮੂੰਹ ਦਾ ਸਭ ਤੋਂ ਜ਼ਰੂਰੀ ਅੰਗ ਹਨ ਅੱਖਾਂ ਨਾਲ ਅਸੀਂ ਦੁਨੀਆ ਦੇਖਦੇ ਹਾਂ ਰੰਗ ਦੇਖਦੇ ਹਾਂ ਲੋਕ ਦੇਖਦੇ ਹਾਂ ਗੁਰਦੁਆਰੇ ਆ ਕੇ ਗੁਰੂ ਜੀ ਨੂੰ ਦੇਖਦੇ ਹਾਂ ਸੰਗਤ ਦੇਖਦੇ ਹਾਂ ਲੰਗਰ ਅਤੇ ਪ੍ਰਸ਼ਾਦ ਦੇਖਦੇ ਹਾਂ ਕੰਨਾਂ ਨਾਲ ਅਸੀਂ ਆਵਾਜ਼ ਸੁਣਦੇ ਹਾਂ ਜੇ ਸਾਡੇ ਕੰਨ ਨਾ ਹੋਣ ਤਾਂ ਸਾਨੂੰ ਕਿਸੇ ਦੀ ਆਵਾਜ਼ ਨਹੀਂ ਸੁਣੇਗੀ ਕੀਰਤਨ ਨਹੀਂ ਸੁਣੇਗਾ ਟੀਵੀ ਨਹੀਂ ਸੁਣੇਗਾ ਸਾਡੇ ਦੋ ਕੰਨ ਪਰ ਇੱਕ ਮੂੰਹ ਹੈ ਇਸ ਦਾ ਮਤਲਬ ਹੈ ਕਿ ਸਾਨੂੰ ਸੁਣਨਾ ਜ਼ਿਆਦਾ ਤੇ ਬੋਲਣਾ ਘੱਟ ਚਾਹੀਦਾ ਹੈ ਪਰ ਯੂ نو ਮੋਸਟਲੀ ਅਸੀਂ ਬੋਲਦੇ ਜਿਆਦਾ ਤੇ ਸੁਣਦੇ ਘੱਟ ਆ ਰਾਈਟ ਨੱਕ ਨਾਲ ਅਸੀਂ ਸਾਹ ਲੈਂਦੇ ਹਾਂ ਨੱਕ ਨਾਲ ਅਸੀਂ ਫੁੱਲਾਂ ਦੀ ਖੁਸ਼ਬੂ ਸੁੰਘਦੇ ਹਾਂ ਖਾਣੇ ਦੀ ਖੁਸ਼ਬੂ ਸੁੰਘਦੇ ਹਾਂ ਬੁੱਲਾਂ ਨਾਲ ਅਸੀਂ ਬੋਲਦੇ ਹਾਂ ਬੁੱਲਾਂ ਨਾਲ ਅਸੀਂ ਖਾਣਾ ਖਾਂਦੇ ਹਾਂ ਲੰਗਰ ਚੱਕਦੇ ਹਾਂ ਪ੍ਰਸ਼ਾਦ ਚੱਕਦੇ ਹਾਂ ਜਦ ਅਸੀਂ ਖੁਸ਼ ਹੁੰਦੇ ਹਾਂ ਤਾਂ ਬੁੱਲਾਂ ਨਾਲ ਹੀ ਮੁਸਕਰਾਉਂਦੇ ਹਾਂ ਅਤੇ ਹੱਸਦੇ ਹਾਂ ਸਾਡੇ ਚਿਹਰੇ ਦੇ ਸਾਰੇ ਹੀ ਅੰਗ ਜ਼ਰੂਰੀ ਹਨ ਇਸ ਐਸੇ ਦੇ ਵਿੱਚ 249 249 ਸ਼ਬਦ ਨੇ ਤੇ ਜੇ ਤੁਸੀਂ 40 50 ਸ਼ਬਦ ਰੋਜ਼ 1 ਮਿੰਟ ਵਿੱਚ ਪੜਦੇ ਹੋ ਤੇ ਤੁਸੀਂ ਇਹ 5 6 ਮਿੰਟ ਦੇ ਵਿੱਚ ਇਹ ਐਸੇ ਪੜ ਸਕਦੇ ਹੋ ਠੀਕ ਹੈ ਇੱਕ ਗੱਲ ਪੁਆਇੰਟ ਆਊਟ ਕਰਾਂ ਇਟ ਕੁਡ ਬੀ ਅ ਮਿਸਟੇਕ ਕਿ ਇੱਥੇ ਜੇ ਤੁਸੀਂ ਸ਼ਬਦ ਦੇਖੋ ਬੁੱਲਾਂ ਬੁੱਲ ਰਾਈਟ ਇੱਥੇ ਉੱਤੇ ਅਦਕ ਪਾਈ ਹੈ ਤੇ ਇੱਥੇ ਅਦਕ ਨਹੀਂ ਪਾਈ ਸੋ ਵੀ ਨੀਡ ਟੂ ਪੁੱਟ ਐਨ ਅਦਕ ਹੇਅਰ ਸੋ ਗੋ ਹੈਡ ਐਂਡ ਪੁੱਟ ਐਨ ਅਦਕ ਹੇਅਰ ਯੂ نو ਆਂਟੀ ਮੇਕਸ ਮੈਨੀ ਮਿਸਟੇਕਸ ਵੈਨ ਸ਼ੀ ਰਾਈਟਸ but you don't mind so thank you so much find and circle all the body part words in this essay so ade vich jo sare body parts tusin laboge te unna de devale circle laoge je kar koi shabd do wari aaya ta unnu tusin do wari circle karoge tin wari aaya ta tin wari circle karoge theek hai all body parts monday homework inna shabda da matlab likho chehra muh sir ਮੱਥਾ ਪਰਵੱਟੇ ਅੱਖਾਂ ਕੰਨ ਨੱਕ ਬੁੱਲ ਅਤੇ ਬੁੱਲ ਠੀਕ ਲਿਖਿਆ ਠੋਡੀ ਦਾੜੀ ਟੋਣ ਗਰਦਨ ਗੱਲ ਗੱਲਾਂ ਜੁੜਾ ਵਾਲ ਕੇਸ ਜਿੰਗਲ ਨਾਲ ਇਸ ਚੀਕਸ ਆਈ ਥਿੰਕ ਯੂ ਡੋਨਟ ਫਾਈਂਡ ਔਨ ਦਾ ਅਦਰ ਸਾਈਡ ਇਨ ਦਾ ਪਿਕਚਰ ਠੋਡੀ ਇਸ ਚਿਨ ਠੀਕ ਹੈ ਚਿਨ ਐਂਡ ਚੀਕਸ ਬਟ ਯੂ نو ਦਮ ਆਲਰੇਡੀ ਨੋਵਰੀਜ਼ ਟਿਊਸਡੇ ਹੋਮਵਰਕ ਰਾਈਟਿੰਗ ਸਕਿੱਲ ਵੈਨ ਵੀ ਵਾਂਟ ਟੂ ਰਾਈਟ ਆਂਸਰਸ ਟੂ ਕੁਐਸਚਨਸ ਵੀ ਕੈਨ ਯੂਜ਼ ਵਰਡਸ ਫਰਮ ਕੁਐਸਚਨ ਇਨ ਦਾ ਆਂਸਰ and that will make your answer longer, right? The underlined words from the question can be used in the answer. kinne anghan? So how do we know? Asi ette right? But I know we have gala and we have toddi. We can add those two, but you can write, ਸਾਡੇ ਚਿਹਰੇ ਦੇ ਬਹੁਤ ਅੰਗ ਹਨ ਜਾਂ ਸਾਡੇ ਚਿਹਰੇ ਦੇ 11 ਅੰਗ ਹਨ ਜਾਂ ਸਾਡੇ ਚਿਹਰੇ ਤੇ 13 ਅੰਗ ਹਨ ਰਾਈਟ ਯੂ ਕੈਨ ਰਾਈਟ ਐਨੀ ਵਰਡ ਯੂ ਫੀਲ ਲਾਈਕ ਯੂ ਕੈਨ ਰਾਈਟ 11 ਔਰ 13 ਔਰ ਬਹੁਤ ਸਾਡੇ ਮੂੰਹ ਤੇ ਕਿਹੜੇ ਕਿਹੜੇ ਅੰਗ ਹੁੰਦੇ ਹਨ ਵਾਟ ਆਰ ਦਾ ਪਾਰਟਸ ਆਫ ਆਰ ਫੇਸ ਸੋ ਅਗੇਨ ਤੁਸੀਂ ਫੋਟੋ ਦੇ ਵਿੱਚ ਦੇਖ ਸਕਦੇ ਹੋ ਤੁਹਾਡੇ ਮੂੰਹ ਤੇ ਕਿਹੜੇ ਕਿਹੜੇ ਪਾਰਟਸ ਹੈਗੇ ਆ ਯੂ ਡੋਨਟ ਹੈਵ ਟੂ ਰਾਈਟ ਜੂੜਾ ਯੂ ਡੋਨਟ ਹੈਵ ਟੂ ਰਾਈਟ ਮੁੱਛਾ ਔਰ ਦਾੜੀ ਇਫ ਯੂ ਡੋਨਟ ਹੈਵ just just be um, thoughtful when you write your answer you don't have to write exact answers that are said there but just be thoughtful and write as accurate as you can what all do we do with bulla and you can look at the answers here over here and da kannan ala sikhi ki sunde ha so think about what are all the sounds you can hear right assi panchiyan di awaz vi sunde ha assi shabda vi sunde ha assi gaane vi sunde ha assi apne friends di awaz vi doston di awaz vi sunde ha assi face time te vi sunde ha right to say both gallan likh sakde ho akhan nal assi ki dekhte dek ha koi 10 cheezan de naam likho that's easy wednesday homework complete the sentences so each each part of sentence hai the part of sentence in nu tu connect karoge pad ke thunu reading di practice ho jayegi phir gurmukhi number tu practice karoge theek hai te kuch number different tarah na likh sakde ha 59 59 59 so depending on tu kis tarah bolde ho kar de vich tu us tarah likh sakde ho theek hai both will mean the same thing theek hai so 56 Satvanja, Atvanja, Unat, Sat. Whichever is easier for you. You can write like this or this or this. Whatever. Okay. Thursday homework, start the timer. Now I think in your book it says wrong page, different page, so it's page 55. The essay in this uh, lesson. Okay. How many minutes did you take? Thursday homework also because this is only going to take you uh, 5 minutes or so you are also going to learn these words again you can spell these words in different ways ikat ikahat ikat bat, bat, tret trehat right either way is fine you will not be marked for okay so that was our lesson for today. Make sure you read five to seven minutes every day, and that will going to is going to make you a better Punjabi reader. And I will see you in the next lesson. Until then, Ji khalsa, vahi fateh.